ਟੋਰਾਂਟੋ ਦੀ ਨਾਮਵਰ ਸੰਸਥਾ ਗੀਤ ਗਜ਼ਲ ਸ਼ਾਇਰੀ ਵੱਲੋਂ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਨਾਮਵਰ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ। ਪੇਸ਼ ਹੈ ਇੱਕ ਖਾਸ ਰਿਪੋਰਟ। ਗੀਤ ਗਜ਼ਲ ਸ਼ਾਇਰੀ ਟੋਰਾਂਟੋ ਦੀ ਨਾਮਵਰ ਸਾਹਿਤਕ ਸੰਸਥਾ ਹੈ, ਜੋ ਸਾਹਿਤ ਪ੍ਰੇਮੀਆਂ ਲਈ ਹਮੇਸ਼ਾ ਹੀ ਸਾਹਿਤਕ ਪ੍ਰੋਗਰਾਮ ਉਲੀਕਦੀ ਰਹਿੰਦੀ ਹੈ। ਹਰ ਮਹੀਨੇ ਗੀਤ ਗਜ਼ਲ ਸ਼ਾਇਰੀ ਵੱਲੋਂ ਇੱਕ ਸੰਗੀਤਕ ਸਮਾਰੋਹ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਸੰਗੀਤਕ ਸ਼ਾਮ ਵਿੱਚ ਟੋਰਾਂਟੋ ਅਤੇ ਆਸ ਪਾਸ ਦੇ ਸਾਹਿਤਕਾਰ ਵੱਡੀ ਗਿਣਤੀ 'ਚ ਹਿੱਸਾ ਲੈਂਦੇ ਨੇ। ਪਿਛਲੇ ਦਿਨੀ 2019 ਸਾਲ ਦਾ ਪਲੇਠਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਉੱਘੇ ਲੇਖਕਾਂ, ਕਵੀਆਂ ਅਤੇ ਸਾਹਿਤਕਾਰਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦੇ ਸੰਚਾਲਕ ਭੁਪਿੰਦਰ ਦੂਲੇ ਅਤੇ ਸ਼ਨੀ ਸ਼ਿਵਰਾਜ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ। ਸਟੇਜ ਸੰਚਾਲਕ ਦੀ ਭੂਮਿਕਾ ਬਲਜੀਤ ਧਾਲੀਵਾਲ ਨੇ ਬਖੂਬੀ ਨਿਭਾਈ। ਗੀਤ ਗਜ਼ਲ ਅਤੇ ਸ਼ਾਇਰੀ ਇੱਕ ਇੱਥੇ ਸਾਡੀ ਬ੍ਰੈਂਪਟਨ ਦੀ ਬੜੀ ਅੱਛੀ ਸੰਸਥਾ ਹੈ, ਜਿਹਦੇ ਉੱਤੇ ਅਸੀਂ ਹਰ ਵਾਰ ਗੀਤਾਂ, ਗਜ਼ਲਾਂ ਅਤੇ ਕਵਿਤਾਵਾਂ ਦੇ ਨਾਲ ਸਾਂਝ ਪਾਉਂਦੇ ਹਾਂ ਅਤੇ ਹਰ ਵਾਰ ਨਵੇਂ ਮਹਿਮਾਨ ਆਉਂਦੇ ਨੇ ਅਤੇ ਅਸੀਂ ਇਸ ਵਾਰ ਦਾ ਜਿਹੜਾ ਪ੍ਰੋਗਰਾਮ ਹੈ ਇਹ ਸਾਡਾ ਸਾਲਾਨਾ ਪ੍ਰੋਗਰਾਮ ਹੈ, ਜਿਹਦੇ ਵਿੱਚ ਅਸੀਂ ਨਵੇਂ ਸਾਲ ਨੂੰ ਜੀ ਆਇਆਂ ਆਖਦੇ ਹੋਏ ਜਿੰਨੇ ਵੀ ਸਾਡੇ ਦਰਸ਼ਕ ਸਰੋਤੇ ਸਾਡੇ ਨਾਲ ਜੁੜੇ ਨੇ ਅਤੇ ਜਾਂ ਸਾਡੇ ਜਿੰਨੇ ਵੀ ਇੱਥੋਂ ਦੇ ਸਾਹਿਤਕਾਰ ਨੇ ਉਹਨਾਂ ਸਭ ਨੂੰ ਜੀ ਆਇਆਂ ਆਖ ਕੇ ਅਸੀਂ ਇਹ ਪ੍ਰੋਗਰਾਮ ਦਾ ਆਯੋਜਨ ਕੀਤਾ ਅਤੇ ਅੱਜ ਦੀ ਇਸ ਸ਼ਾਮ ਦੇ ਵਿੱਚ ਜਿਵੇਂ ਤੁਸੀਂ ਵੇਖਿਆ ਹੋਵੇਗਾ ਕਿ ਬਹੁਤ ਸਾਰੇ ਸੱਜਣ ਸਾਡੇ ਪਾਸ ਪਹੁੰਚੇ ਨੇ, ਉਸ ਨਾਲ ਧੰਨਵਾਦ ਕਰਦੇ ਹਾਂ ਅਤੇ ਨਾਲ ਹੀ ਅਸੀਂ ਗੀਤ ਸ਼ਾਇਰੀ ਦੇ ਵਿੱਚ ਸਾਡੇ ਹੋਰ ਲੋਕਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਆਓ ਅਤੇ ਇੱਥੇ ਆਣ ਕੇ ਗਾਇਕੀ ਸ਼ਾਇਰੀ ਦਾ ਆਨੰਦ ਮਾਣੋ। ਸਾਡੀ ਜਿਹੜੀ ਸੰਸਥਾ ਹੈ ਗੀਤ ਗਜ਼ਲ ਸ਼ਾਇਰੀ, ਉਹਦੇ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਕਿਉਂਕਿ ਇਹ ਸਾਡਾ 4 ਸਾਲਾਂ ਤੋਂ ਚੱਲ ਰਿਹਾ ਪ੍ਰੋਗਰਾਮ ਲਗਾਤਾਰ ਜਿਹੜਾ ਅਸੀਂ ਕੰਟੀਨਿਊ ਕਰਦੇ ਹਾਂ ਮਹੀਨੇ ਦੇ ਲਾਸਟ ਸੰਡੇ, ਪਰ ਐਤਕੀ ਫਸਟ ਸੰਡੇ ਨੂੰ ਕਰ ਰਹੇ ਹਾਂ ਕਿਉਂਕਿ ਨਵੇਂ ਸਾਲ ਦੇ ਵਿੱਚ ਇਹ ਸਾਡਾ ਸਾਲਾਨਾ ਫੰਕਸ਼ਨ ਹੈ, ਪਹਿਲਾ ਫੰਕਸ਼ਨ ਹੈ ਅਤੇ ਜਿਸ ਦੇ ਵਿੱਚ ਬਹੁਤ ਹੀ ਮਹਾਨ ਸ਼ਾਇਰ ਅਤੇ ਸਿੰਗਰ ਉਸਤਾਦ ਰਜਿੰਦਰ ਰਾਜ ਜੀ ਅਤੇ ਉਪਕਾਰ ਸਿੰਘ ਜੀ, ਸੁਰਜੀਤ ਪਾਤਰ ਸਾਹਿਬ ਦੇ ਬ੍ਰਦਰ ਅਤੇ ਹੋਰ ਵੀ ਬਹੁਤ ਹੀ ਜਾਣੇ ਪਛਾਣੇ ਸਿੰਗਰ ਅਤੇ ਸ਼ਾਇਰ ਇੱਥੇ ਤਸ਼ਰੀਫ ਲਿਆਏ ਨੇ ਅਤੇ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ।